21 मार्च 2021 नूं यूके दे विच मर्दमशुमारी होण जा रही है। ਇਹ ਸੈਂਸਸ ਇੰਗਲੈਂਡ ਦੇ ਵਿੱਚ ਹਰ 10 ਸਾਲ ਬਾਅਦ ਹੁੰਦੀ ਹੈ। ਇਸ ਦੇ ਵਿੱਚ ਵੱਖ-ਵੱਖ ਕਲਚਰ ਅਤੇ ਭਾਸ਼ਾਵਾਂ ਦੇ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਇਸ ਵਿੱਚ ਹਿੱਸਾ ਲਵੋ। ਜਿਵੇਂ ਕਿ ਤੁਸੀਂ ਜਾਣਦੇ ਹੋ, ਯੂਕੇ ਦੇ ਵਿੱਚ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਪੰਜਾਬੀ ਵਸਦੇ ਹਨ। ਇਸ ਮਰਦਮਸ਼ੁਮਾਰੀ ਨੂੰ ਲੈ ਕੇ ਅਕਾਲ ਤਖ਼ਤ ਦੇ ਜਥੇਦਾਰ ਵੱਲੋਂ ਬੇਨਤੀ ਕੀਤੀ ਗਈ ਹੈ। ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਾ ਲੱਗਿਆ ਹੈ ਕਿ ਇੰਗਲੈਂਡ ਦੇ ਵਿੱਚ 21 ਮਾਰਚ 2021 ਨੂੰ ਸੈਂਸਸ ਹੋਣ ਜਾ ਰਿਹਾ ਹੈ, ਔਰ ਇਸ ਸੈਂਸਸ ਦੇ ਦੌਰਾਨ ਇੰਗਲੈਂਡ ਦੇ ਵਿੱਚ ਵਸਦੇ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਗੱਲ ਦਾ ਖਿਆਲ ਰੱਖਣ ਕਿ ਇਸ ਸੈਂਸਸ ਦੇ ਦੌਰਾਨ ਭਰੇ ਜਾਣ ਵਾਲੇ ਫਾਰਮਾਂ ਦੇ ਵਿੱਚ ਜਿੱਥੇ ਤੁਹਾਡੇ ਤੋਂ ਪੁੱਛਿਆ ਗਿਆ ਹੈ ਕਿ ਤੁਹਾਡਾ ਰਿਲੀਜ਼ਨ ਕੀ ਹੈ, ਉੱਥੇ ਤੁਸੀਂ ਸਿੱਖ ਭਰਨਾ ਹੈ। ਜਿੱਥੇ ਪੁੱਛਿਆ ਗਿਆ ਹੈ ਕਿ ਤੁਹਾਡੀ ਭਾਸ਼ਾ ਕਿਹੜੀ ਹੈ, ਲੈਂਗੁਏਜ ਕਿਹੜੀ ਹੈ, ਉੱਥੇ ਤੁਸੀਂ ਪੰਜਾਬੀ ਭਰਨੀ ਹੈ। ਅਤੇ ਜਿੱਥੇ ਤੁਹਾਡੇ ਤੋਂ ਪੁੱਛਿਆ ਗਿਆ ਕਿ ਤੁਹਾਡਾ ਐਥਨਿਕ ਕੀ ਹੈ, ਉੱਥੇ ਤੁਸੀਂ ਸਿੱਖ ਹੀ ਭਰਨਾ। ਇਹਦੇ ਨਾਲ ਸਾਡੀਆਂ ਆਉਣ ਵਾਲੀ ਸਮੇਂ ਦੇ ਅੰਦਰ ਕਈ ਸਮੱਸਿਆਵਾਂ ਦਾ ਹੱਲ ਹੋਏਗਾ। ਪਹਿਲਾਂ ਵੀ ਜਿਹੜੀਆਂ ਮਰਦਮਸ਼ੁਮਾਰੀਆਂ ਹੋਈਆਂ ਨੇ, ਉਹਨਾਂ ਮਰਦਮਸ਼ੁਮਾਰੀਆਂ ਦੇ ਦੌਰਾਨ ਅਸੀਂ ਇਸ ਗੱਲ ਵੱਲ ਬਹੁਤਾ ਧਿਆਨ ਨਹੀਂ ਦਿੱਤਾ, ਜਿਸ ਕਾਰਨ ਸਾਨੂੰ ਕਈ ਪ੍ਰਕਾਰ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਪਰ ਇਸ ਵਾਰ ਭੁੱਲਣਾ ਨਹੀਂ ਹੈ, 21 ਮਾਰਚ 2021 ਨੂੰ ਔਨਲਾਈਨ ਵੀ ਯੂਕੇ ਦੇ ਵਿੱਚ ਫਾਰਮ ਜਿਹੜੇ ਹੈ ਫਿਲ ਕੀਤੇ ਜਾ ਰਹੇ ਨੇ, ਔਰ ਔਫਲਾਈਨ ਵੀ ਜਿਹੜਾ ਹੈ ਇਹ ਫਾਰਮ ਜਿਹੜੇ ਨੇ ਫਿਲ ਕੀਤੇ ਜਾ ਰਹੇ ਨੇ। ਫਾਰਮ ਫਿਲ ਕਰਦੇ ਵਕਤ ਸਮੂਹ ਗੁਰੂ ਨਾਨਕ ਨਾਮ ਲੇਵਾ ਸਿੱਖ ਇਸ ਗੱਲ ਦਾ ਖਿਆਲ ਰੱਖਣ। ਮੈਂ ਫਿਰ ਅਪੀਲ ਕਰਨੀ ਚਾਹੁੰਦਾ ਕਿ ਜਿੱਥੇ ਰਿਲੀਜ਼ਨ ਪੁੱਛਿਆ ਉੱਥੇ ਸਿੱਖ ਭਰਨ, ਜਿੱਥੇ ਲੈਂਗੁਏਜ ਪੁੱਛੀ ਹੈ ਉੱਥੇ ਪੰਜਾਬੀ ਭਰਨ, ਅਤੇ ਜਿੱਥੇ ਐਥਨਿਕ ਪੁੱਛਿਆ ਉੱਥੇ ਵੀ ਸਿੱਖ ਭਰਨ। ਸਾਨੂੰ ਸਿੱਖ ਹੋਣ 'ਤੇ ਮਾਣ ਹੈ ਅਤੇ ਮਾਣ ਹੋਣਾ ਵੀ ਚਾਹੀਦਾ। ਸ਼ਰਮ ਸੰਕੋਚ ਜਿਹੜੀ ਹੈ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਨੂੰ ਜਨਮ ਦੇਵੇਗੀ ਜੇਕਰ ਅਸੀਂ ਇਸ ਵਾਰ ਵੀ ਗਲਤੀ ਕਰ ਦਿੱਤੀ। ਅਤੇ ਮੈਂ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਨੂੰ ਵੀ ਇਹ ਅਪੀਲ ਕਰਨੀ ਚਾਹੁੰਦਾ ਕਿ ਆਪਣੇ ਰਿਸ਼ਤੇਦਾਰ ਜਿਹੜੇ ਯੂਕੇ ਦੇ ਵਿੱਚ ਰਹਿੰਦੇ ਨੇ, ਕੋਈ ਸਾਕ ਸੰਬੰਧੀ, ਕੋਈ ਦੋਸਤ ਮਿੱਤਰ, ਉਹਨਾਂ ਨੂੰ ਟੈਲੀਫੋਨ ਕਰਕੇ, ਈਮੇਲ ਕਰਕੇ, ਵਟਸਐਪ ਕਰਕੇ ਜਿਹੜਾ ਇਸ ਗੱਲ ਲਈ ਸੁਚੇਤ ਕਰੋ ਕਿ 21 ਮਾਰਚ 2021 ਨੂੰ ਜਿਹੜਾ ਸੈਂਸਸ ਹੋਣ ਜਾ ਰਿਹਾ ਹੈ ਉਹਦੇ ਵਿੱਚ ਖਾਸ ਤੌਰ ਦੇ ਉੱਤੇ ਫਾਰਮ ਫਿਲ ਕਰਦੇ ਵਕਤ ਧਿਆਨ ਰੱਖਣ, ਰਿਲੀਜ਼ਨ ਸਿੱਖ ਭਰਿਆ ਜਾਵੇ ਔਰ ਲੈਂਗੁਏਜ ਪੰਜਾਬੀ ਭਰੀ ਜਾਵੇ ਅਤੇ ਐਥਨਿਕ ਵੀ ਸਿੱਖ ਹੀ ਭਰਿਆ ਜਾਵੇ। ਇਹਦੇ ਨਾਲ ਸਾਡੀਆਂ ਆਉਣ ਵਾਲੇ ਸਮੇਂ ਦੇ ਅੰਦਰ ਕਈ ਪ੍ਰਕਾਰ ਦੀਆਂ ਸਮੱਸਿਆਵਾਂ ਦਾ ਹੱਲ ਹੋਏਗਾ, ਸਾਡੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਾਪਤ ਹੋਣਗੇ ਔਰ ਸਾਡੀ ਸੰਸਾਰ ਦੇ ਅੰਦਰ ਪਹਿਚਾਣ ਜਿਹੜੀ ਹੈ ਉਹ ਸਥਾਪਿਤ ਹੋਏਗੀ, ਜਿਹਦੇ ਲਈ ਅਸੀਂ ਜੱਦੋ ਜ਼ਹਿਦ ਕਰ ਰਹੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰਾਈਡ ਪੰਜਾਬ ਟੀਵੀ ਦੀ ਸਮੁੱਚੀ ਟੀਮ ਆਪ ਸਭ ਨੂੰ ਬੇਨਤੀ ਕਰਦੀ ਹੈ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਹਿੱਸਾ ਲੈ ਕੇ ਪੰਜਾਬੀ ਸਿੱਖ ਹੋਣ ਦਾ ਮਾਣ ਮਹਿਸੂਸ ਕਰੋ। ਤਾਜ਼ਾ ਖਬਰਾਂ ਅਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ ਯੂਟਿਊਬ ਚੈਨਲ ਪ੍ਰਾਈਡ ਪੰਜਾਬ ਟੀਵੀ, ਤੋਂ ਸਾਡਾ ਫੇਸਬੁੱਕ ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਅਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।